धन वाहिगुरु जीओ बिलावल बाणी भगत नामदेव जी की एक ओंकार सतगुर प्रसाद सफल जन्म मोक गुर कीना दुख बिसार सोखे अंतर लीना ज्ञान अंजन मोक गुर दीना राम नाम बिन जीवन मान हीना रहौ नाम दे सिमरन कर जाना जग जीवन स्यों जियो समाना वाहिगुरु जी का खालसा वाहिगुरु जी की फतह। परम सन्मान योग गरीब नवाज धन सतगुरु गुरु ग्रंथ साहिब महाराज जी दे पावन दरबार दियां हाजरियां भर रही गुरु सवारी साध संगत जीओ अकाल पुरख वाहिगुरु जी ने अपार बख्शिश कृपा कीती है सतगुरां दे पावन हजूर सज के बड़े प्रेम सहित आप जी ने सतगुरु की पावन बाणी के पाठ अते गुरबाणी के कीर्तन का लाहा गुरु सवारियां पासों श्रवण करके प्राप्त किया है। रोज़ दे दीवाना दे विच भगत नामदेव साहिब महाराज के उच्चारण किए हुए पावन शब्दों की आपां लड़ीवार विचार करदियां होयां महान महापुरखां दे उपदेश नूं समझण दा ये यतन करते हैं जिस लड़ी तहत आप जी ने जिस पावन शब्द का पाठ हुणे ही दास पासों श्रवण किया है। गुरु ग्रंथ साहिब सतगुरु जी दे अंक नंबर 857 उत्ते पावन शब्द सुभायमान है जिहड़ा 58 दे उत्ते जाके समाप्त हुंदा है। ये पावन शब्द जिस दा सिरलेख है बिलावल बाणी भगत नाम देव जी की। राग दा नाम बिलावल है और इत्थों शब्द आरंभ हुंदा है भगत नामदेव साहब जी दा। इस राग विच भगत जी दा केवल एक ही शब्द दर्ज है। इस तो अगे संखेप मंगलाचरण है एक ओंकार सतगुर प्रसाद। वो प्रभु परिपूर्ण परमात्मा एक है, वो परमेश्वर जो अपनी सिरजना दे विच लगातार व्यापक है, एक रस सभना विच सुभायमान है। उसकी होंद सदा ही कायम रहने वाली है, काल तो समय तो हर तरह के कारण तो उसकी होंद रहत है। उस उत्ते किसी भी चीज़ का ना किसी कारण का ना समय का कोई प्रभाव नहीं है। इसनों विद्वान कथते हैं प्राकृतिक प्रभाव, नेचर का साढ़े उत्ते इफेक्ट पैंदा है क्योंकि असी पार्ट ऑफ नेचर हाँ, कुदरत का हिस्सा हाँ। वो वाहिगुरु कुदरत विच व्यापक हो के भी कुदरत दे प्रभावां तो परे है, ना किसे मौसम दा, ना समय दा, ना किसे कारण दा कोई भी प्रभाव उसकी हस्ती उत्ते हावी नहीं हुंदा। सच्चे गुरु दे प्रसाद, प्रसाद तो भाव है बख्शिश,
ਕਿਰਪਾ ਗੁਰੂ ਦੇ ਅਨੁਭਵ ਨਾਲ ਇੱਕ ਸੁਰ ਹੋ ਕੇ ਉਸ ਪਰਮੇਸ਼ਰ ਵਾਹਿਗੁਰੂ ਦੀ ਹਸਤੀ ਨੂੰ ਜੀਵ ਸੌਖਿਆਂ ਜਾਣ ਸਕਦਾ ਹੈ। ਇਸ ਤੋਂ ਅੱਗੇ ਸ਼ਬਦ ਦਾ ਆਰੰਭ ਹੈ ਔਰ ਰਹਾਉ ਵਾਲਾ ਬੰਦ ਹੈ। ਭਗਤ ਨਾਮਦੇਵ ਸਾਹਿਬ ਮਹਾਰਾਜ ਇਸ ਪਾਵਨ ਸ਼ਬਦ ਵਿੱਚ ਜੋ ਉਹਨਾਂ ਦੇ ਉੱਤੇ ਬਖਸ਼ਿਸ਼ ਹੈ, ਜੋ ਉਹਨਾਂ ਦੇ ਉੱਤੇ ਕਿਰਪਾ ਹੈ, ਉਸ ਬਖਸ਼ਿਸ਼ ਨੂੰ ਉਹਨਾਂ ਨੇ ਇਸ ਸ਼ਬਦ ਦੇ ਵਿੱਚ ਐਕਸਪਲੇਨ ਕੀਤਾ ਹੈ, ਬਿਆਨ ਕੀਤਾ ਹੈ। ਫਰਮਾਉਂਦੇ ਹਨ, ਗਿਆਨ ਅੰਜਨ ਮੋਕੋ ਗੁਰ ਦੀਤਾ। ਗੁਰੂ ਨੇ ਕਿਰਪਾ ਕਰਕੇ ਮੈਨੂੰ ਗਿਆਨ ਦਾ ਸੁਰਮਾ ਬਖਸ਼ਿਸ਼ ਕੀਤਾ ਹੈ। ਸੁਰਮਾ ਸਾਡੇ ਕਲਚਰ ਦੇ ਵਿੱਚ, ਸਾਡੇ ਸੱਭਿਆਚਾਰ ਦੇ ਵਿੱਚ ਅੱਖਾਂ ਦੀ ਸੇਫਟੀ ਅਤੇ ਤੰਦਰੁਸਤੀ ਦੇ ਲਈ ਅੱਖ ਦੇ ਵਿੱਚ ਪਾਉਣ ਵਾਲੀ ਇੱਕ ਚੀਜ਼ ਹੈ, ਇੱਕ ਵਸਤ ਹੈ, ਜਿਸ ਨੂੰ ਅੱਖ ਦੀ ਸੁਰੱਖਿਆ ਵਾਸਤੇ ਅਤੇ ਅੱਖ ਦੀ ਤੰਦਰੁਸਤੀ ਵਾਸਤੇ ਅੱਖ ਵਿੱਚ ਪਾਇਆ ਜਾਂਦਾ ਹੈ। ਇਸ ਨੂੰ ਸ਼ਿੰਗਾਰ ਦਾ ਵੀ, ਜਿਹੜੇ 16 ਸ਼ਿੰਗਾਰ ਨੇ ਉਹਨਾਂ ਦੇ ਵਿੱਚ ਇੱਕ ਸ਼ਿੰਗਾਰ ਵੀ ਮੰਨਿਆ ਗਿਆ, ਅੱਖ ਦਾ ਸ਼ਿੰਗਾਰ। ਤੋ ਜਿੱਥੇ ਇਸ ਨੂੰ ਅੱਖ ਦੀ ਸੁੰਦਰਤਾ ਵਾਸਤੇ ਵਰਤਿਆ ਜਾਂਦਾ ਹੈ, ਉੱਥੇ ਅੱਖ ਦੀ ਸੁਰੱਖਿਆ ਵਾਸਤੇ ਵਰਤਿਆ ਜਾਂਦਾ ਹੈ, ਤੰਦਰੁਸਤੀ ਵਾਸਤੇ ਵਰਤਿਆ ਜਾਂਦਾ। ਗੁਰਬਾਣੀ ਦੇ ਵਿੱਚ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦਾ ਆਪਾਂ ਵਾਕ ਪੜ੍ਹਦੇ ਹਾਂ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਗੁਰੂ ਨੇ ਗਿਆਨ ਦਾ ਸੁਰਮਾ ਬਖਸ਼ ਦਿੱਤਾ ਹੈ, ਜਿਸ ਦੀ ਬਦੌਲਤ, ਜਿਸ ਦੀ ਕਿਰਪਾ ਦੇ ਨਾਲ ਅਗਿਆਨ ਅੰਧੇਰ, ਅਗਿਆਨਤਾ ਦਾ ਹਨੇਰਾ, ਵਿਨਾਸ਼ ਮਤਲਬ ਖਤਮ ਹੋ ਗਿਆ। ਬੜਾ ਅਹਿਮ ਬੋਲ ਹੈ, ਸਮਝਣ ਵਾਲਾ ਹੈ। ਇਹ ਸਾਡੀ ਬਾਹਰੀ ਅੱਖ ਜਿਹੜੀ ਹੈ, ਇਹ ਕੋਈ ਗਿਆਨਵਾਨ ਨਹੀਂ ਹੁੰਦੀ, ਇੱਕ ਟੂਲ ਹੈ ਸਾਡੀ ਬਾਡੀ ਦਾ, ਸਾਡੇ ਸਰੀਰ ਦਾ, ਜਿਸ ਦਾ ਕਰਮ ਹੈ, ਜਿਸ ਦੇ ਹਿੱਸੇ ਡਿਊਟੀ ਹੈ, ਇਸ ਨੇ ਕੇਵਲ ਦ੍ਰਿਸ਼ ਵੇਖਣਾ ਹੈ। ਕਿਸੇ ਚੀਜ਼ ਨੂੰ ਕਿਸ ਭਾਵ ਵਿੱਚ ਵੇਖਣਾ ਹੈ, ਇਹ ਅੱਖ ਦਾ ਵਿਸ਼ਾ ਨਹੀਂ। ਮੈਂ ਫਿਰ ਦੁਹਰਾ ਦਿਆਂ ਕਿ ਸਾਡੇ ਸਰੀਰ ਦੇ ਹੋਰ ਵੀ ਅੰਗ ਨੇ, 5 ਗਿਆਨ ਇੰਦਰੇ ਨੇ, ਸਾਡੇ ਕੰਨ ਹਨ, ਕੰਨਾਂ ਦਾ ਵਿਸ਼ਾ ਕੇਵਲ ਸੁਣਨਾ ਹੈ, ਜੋ ਵੀ ਆਵਾਜ਼ ਬਾਹਰੋਂ ਸਾਨੂੰ ਕੋਈ ਸਾਡੇ ਕੰਨਾਂ ਤੱਕ ਆਉਂਦੀ ਹੈ, ਉਹ ਆਵਾਜ਼ ਉਸਨੇ ਦਿਮਾਗ ਤੱਕ, ਸੁਰਤ ਤੱਕ ਇਹਨਾਂ ਕੰਨਾਂ ਦੇ ਰਾਹੀਂ ਜਾਣੀ ਹੈ। ਕੰਨ ਨਿਰਣਾ ਨਹੀਂ ਕਰਨਗੇ ਵੀ ਕਿਹੜੀ ਆਵਾਜ਼ ਸਹੀ ਹੈ, ਕਿਹੜੀ ਗਲਤ ਹੈ, ਕਿਹੜੀ ਸੁਣਨੀ ਚਾਹੀਦੀ ਹੈ, ਕਿਹੜੀ ਨਹੀਂ ਸੁਣਨੀ ਚਾਹੀਦੀ। ਕੰਨ ਇੱਕ ਟੂਲ ਹੈ, ਜਿਸ ਦਾ ਮਤਲਬ ਕੇਵਲ ਆਵਾਜ਼ ਨੂੰ ਕੈਚ ਕਰਕੇ, ਆਵਾਜ਼ ਨੂੰ ਗ੍ਰਹਿਣ ਕਰਕੇ ਸਾਡੀ ਸੁਰਤ ਸਾਡੇ ਦਿਮਾਗ ਤੱਕ ਲੈ ਕੇ ਜਾਣਾ। ਡਿਸਾਈਡ ਕੌਣ ਕਰੇਗਾ ਇਹ ਚੀਜ਼ ਸੁਣਨੀ ਚਾਹੀਦੀ ਹੈ ਕਿ ਨਹੀਂ ਸੁਣਨੀ ਚਾਹੀਦੀ, ਜੋ ਸੁਣਿਆ ਹੈ ਸਹੀ ਹੈ ਕਿ ਗਲਤ ਹੈ, ਇਹ ਸਾਡੀ ਸੁਰਤ ਕਰੇਗੀ, ਸਾਡੀ ਬੁੱਧ ਕਰੇਗੀ। ਉਹ ਨਿਰਣਾ ਕਰਨ ਵਾਲੀ ਪਾਵਰ ਜਿਹੜੀ ਉਹ ਸਾਡੇ ਅੰਦਰ ਹੈ, ਅਤੇ ਉਹਦੀ ਇੰਟੈਲੀਜੈਂਸ ਕਿੰਨੀ ਕੁ ਹੈ ਆਪਣੀ ਨਿਰਣਾ ਕਰਨ ਦੀ, ਇਹ ਉਹਦੇ 'ਤੇ ਡਿਪੈਂਡ ਕਰਦਾ। ਸਾਡੀ ਅੱਖ ਜਿਹੜੀ ਉਹ ਦ੍ਰਿਸ਼ ਵੇਖਦੀ ਹੈ, ਉਹਨੂੰ ਮੈਂ ਦੁਸ਼ਮਣ ਸਮਝਾਂ ਵੇਖਣ ਵਾਲੇ ਨੂੰ, ਜੋ ਮੈਨੂੰ ਦੱਸਿਆ ਕਿ ਮਿੱਤਰ ਸਮਝਾਂ, ਇਹ ਨਿਰਣਾ ਅੱਖ ਨੇ ਨਹੀਂ ਕਰਨਾ। ਅੱਖ ਨੇ ਰੂਪ ਰੰਗ ਅਤੇ ਆਕਾਰ ਤੱਕਣਾ ਹੈ, ਔਰ ਜੋ ਉਸਨੇ ਦ੍ਰਿਸ਼ ਵੇਖਿਆ ਹੈ ਉਹਨੂੰ ਉਹਨੇ ਸਾਡੇ ਬ੍ਰੇਨ ਤੱਕ, ਸਾਡੇ ਦਿਮਾਗ ਤੱਕ ਲੈ ਕੇ ਜਾਣਾ ਹੈ, ਅਤੇ ਉਹਦਾ ਨਿਰਣਾ ਸਾਡੀ ਬੁੱਧ ਨੇ ਕਰਨਾ ਹੈ। ਸਹੀ ਹੈ, ਗਲਤ ਹੈ, ਦੁਸ਼ਮਣ ਹੈ, ਮਿੱਤਰ ਹੈ, ਭਲਾ ਹੈ, ਬੁਰਾ ਹੈ। ਪਰ ਹੁਣ ਅੱਗੇ ਇਹ ਵੀ ਤਾਂ ਡਿਪੈਂਡ ਕਰਦਾ ਹੈ ਨਾ ਵੀ ਨਿਰਣਾ ਕਰਨ ਵਾਲਾ ਆਪ ਕਿੰਨਾ ਕੁ ਸਿਆਣਾ ਹੈ, ਇਹ ਵੀ ਇੱਕ ਪਹਿਲੂ ਹੈ। ਜੇ ਨਿਰਣਾ ਕਰਨ ਵਾਲਾ ਆਪ ਹੀ ਕੁਰਾਏ ਪਿਆ ਹੋਇਆ ਤਾਂ ਉਹ ਕੀ ਨਿਰਣਾ ਕਰੇਗਾ, ਉਸਨੂੰ ਕਿਵੇਂ ਪਤਾ ਲੱਗੇਗਾ, ਉਸਦਾ ਨਿਰਣਾ ਵੀ ਉਹਦੇ ਵਰਗਾ ਹੀ ਹੋਏਗਾ। ਅਤੇ ਉਹ ਕਿੰਨੀ ਕੁ ਡਿਵੈਲਪ ਹੈ ਬੁੱਧ, ਵੀ ਉਹਦੇ 'ਤੇ ਡਿਪੈਂਡ ਕਰਦਾ ਵੀ ਮੈਂ ਨਿਰਣਾ ਕਰ ਸਕਾਂ। ਇਸੇ ਨੂੰ ਤਾਂ ਕਿਹਾ ਜਾਂਦਾ ਵੀ ਗੁਰੂ ਸਾਨੂੰ ਵਿਵੇਕ ਬਖਸ਼ਦਾ। ਫਿਰ ਸਾਨੂੰ ਸਮਝ ਪੈਂਦੀ ਹੈ ਵੀ ਇਹ ਸਹੀ ਹੈ, ਗਲਤ, ਪਾਪ ਅਤੇ ਪੁੰਨ ਦਾ ਜਿਹੜਾ ਫਰਕ ਹੈ, ਜੀਵਨ ਦੇ ਭਲੇ ਦੀ ਅਤੇ ਬੁਰੇ ਦੀ ਜਿਹੜੀ
ਪਛਾਣ ਹੈ। ਗੁਰੂ ਸਾਨੂੰ ਆਪਣੇ ਗਿਆਨ ਰਾਹੀਂ, ਆਪਣੇ ਉਪਦੇਸ਼ ਰਾਹੀਂ, ਇਹ ਉਪਦੇਸ਼ ਦਾ ਪ੍ਰੋਸੈਸ ਕਰਕੇ ਉਹਨੂੰ ਕਮਾ ਕੇ ਸਾਡੀ ਬੁੱਧ, ਸਾਡੀ ਸੁਰਤ ਜਿਹੜੀ ਹੈ ਉਹਦੇ ਵਿੱਚ ਇੰਨੀ ਸਿਆਣਪ ਪੈਦਾ ਹੋ ਜਾਂਦੀ ਹੈ, ਉਹਨੂੰ ਵਿਵੇਕ ਕਿਹਾ ਗਿਆ। ਤਾਂ ਇਹ ਤਾਂ ਉਵੇਂ ਹੈ ਵੀ ਜਿਵੇਂ ਤੁਸੀਂ ਕਿਸੇ ਐਸੇ ਮਨੁੱਖ ਕੋਲੋਂ ਫੈਸਲਾ ਲਓ ਜਿਸ ਮਨੁੱਖ ਨੂੰ ਖੁਦ ਹੀ ਉਸ ਸਮੱਸਿਆ ਬਾਰੇ ਕੋਈ ਗਿਆਨ ਨਹੀਂ, ਅਤੇ ਤੁਸੀਂ ਉਹਨੂੰ ਪੁੱਛੋ ਵੀ ਕੀ ਹੋਣਾ ਚਾਹੀਦਾ, ਅਤੇ ਜਿਸ ਨੂੰ ਉਸ ਸਮੱਸਿਆ ਦਾ ਗਿਆਨ ਹੀ ਨਹੀਂ ਅਤੇ ਉਹਦਾ ਹੱਲ ਵੀ ਨਹੀਂ ਪਤਾ, ਉਹ ਤੁਹਾਨੂੰ ਜਿਹੜੀ ਸਲਾਹ ਦਏਗਾ ਉਸ ਸਲਾਹ ਮੁਤਾਬਕ ਚੱਲ ਕੇ ਕਿੰਨਾ ਕੁ ਸਾਡਾ ਭਲਾ ਹੋਏਗਾ ਇਹ ਅੰਦਾਜ਼ਾ ਲਾਇਆ ਜਾ ਸਕਦਾ। ਅਤੇ ਜਿਸ ਨੂੰ ਸਮੱਸਿਆ ਦਾ ਗਿਆਨ ਹੈ ਅਤੇ ਉਸ ਸਮੱਸਿਆ ਤੋਂ ਨਿਕਲਣ ਦਾ ਰਾਹ ਵੀ ਪਤਾ ਹੈ, ਇੰਨੀ ਸਿਆਣਪ ਵਾਲੇ ਵਿਅਕਤੀ ਨੂੰ ਜੇ ਪੁੱਛਿਆ ਜਾਏਗਾ ਤਾਂ ਉਹ ਸਾਨੂੰ ਸਹੀ ਨਿਰਣਾ ਕਰਕੇ ਦੱਸੇਗਾ, ਔਰ ਉਹਦੇ ਦੱਸੇ ਹੋਏ ਨਿਰਣੇ ਮੁਤਾਬਕ ਚੱਲ ਕੇ ਸੱਚਮੁੱਚ ਹੀ ਸਾਡਾ ਲਾਭ ਹੋਏਗਾ, ਸਾਡਾ ਫਾਇਦਾ ਹੋਏਗਾ। ਤੋ ਸਾਡੇ ਅੰਤਰ ਆਤਮੇ ਦਾ ਹਾਲ ਵੀ ਕੁਝ ਐਸਾ ਹੀ ਹੈ। ਅਸੀਂ ਆਪਣੇ ਜੀਵਨ ਨੂੰ ਜਿਉਣ ਦੇ ਫੈਸਲੇ ਕਰਦੇ ਹਾਂ, ਨਿਰਣੇ ਵੀ ਕਰਦੇ ਹਾਂ, ਕੌਣ ਸਹੀ ਹੈ, ਕੌਣ ਗਲਤ ਹੈ ਕੀ ਨਹੀਂ ਹੈ, ਪਰ ਸਾਡੇ ਉਹ ਫੈਸਲੇ ਅਤੇ ਸਾਡੇ ਉਹ ਨਿਰਣੇ ਡਿਪੈਂਡ ਕਰਦੇ ਹਨ ਵੀ ਫੈਸਲਾ ਕਰਨ ਵਾਲੀ ਜਿਹੜੀ ਸਾਡੇ ਅੰਦਰ ਦੀ ਸਮਰੱਥਾ ਹੈ ਉਹ ਕਿੰਨੀ ਕੁ ਡਿਵੈਲਪ ਹੈ ਜਾਂ ਕਿੰਨੀ ਕਮਜ਼ੋਰ ਹੈ। ਅਸੀਂ ਖੁਦ ਕਿੰਨੇ ਆਪਣੇ ਅੰਤਰ ਆਤਮੇ ਕਰਕੇ ਅਗਿਆਨਤਾ ਵਿੱਚ ਗਲਤਾਨ ਹਾਂ ਅਤੇ ਉਸ ਅਗਿਆਨਤਾ ਵਿੱਚੋਂ ਹੀ ਅਸੀਂ ਫੈਸਲੇ ਵੀ ਦਿੰਦੇ ਹਾਂ। ਤੋ ਇਹ ਸਾਰਾ ਕੁਝ ਇੱਕ ਵੱਖਰਾ ਵਿਸ਼ਾ ਹੈ, ਵਿਸ਼ਾ ਲੰਮੇਰਾ ਹੋ ਜਾਏਗਾ। ਤੋ ਅੱਖ ਦ੍ਰਿਸ਼ ਦਿਮਾਗ ਤੱਕ ਪਹੁੰਚਾਉਂਦੀ ਹੈ, ਬੁੱਧ ਨਿਰਣਾ ਕਰਦੀ ਹੈ, ਸੁਰਤ ਦਾ ਪਾਠ ਬਣ ਜਾਂਦੀਆਂ ਹਨ ਉਹ ਚੀਜ਼ਾਂ ਜੋ ਦੇਖੀਆਂ ਗਈਆਂ। ਇਸੇ ਕਰਕੇ ਤੁਸੀਂ ਕਿਸੇ ਨੂੰ 20 ਸਾਲ ਬਾਅਦ ਵੀ ਵੇਖਦੇ ਹੋ ਅਤੇ ਪਛਾਣ ਲੈਂਦੇ ਹੋ, ਇਹ ਤਾਂ ਉਹ ਬੰਦਾ ਜਿਸ ਨੂੰ ਮੈਂ ਫਲਾਨੀ ਜਗ੍ਹਾ 'ਤੇ ਵੇਖਿਆ, ਕਿਉਂਕਿ ਉਹ ਤੁਹਾਡੀ ਸੁਰਤ ਵਿੱਚ, ਤੁਹਾਡੇ ਮਨ ਦੇ ਅਚੇਤ ਹਿੱਸੇ ਦੇ ਵਿੱਚ ਉਹ ਚੀਜ਼ ਸਟੋਰ ਹੋਵੇ। ਕਮਾਲ ਹੈ ਨਾ ਕੁਦਰਤ ਦਾ। ਹੁਣ ਅਗਲੀ ਗੱਲ ਵੱਲ ਪਰਤੀਏ। ਜਿਹੜਾ ਗਿਆਨ ਹੈ ਉਹ ਕੋਈ ਐਸਾ ਟੌਨਿਕ ਨਹੀਂ ਹੈ ਜਿਹੜਾ ਸਾਡੀ ਇਸ ਅੱਖ ਦੇ ਵਿੱਚ ਪੈਣਾ ਹੈ। ਉਹ ਕੋਈ ਐਸੀ ਚੀਜ਼ ਨਹੀਂ ਹੈ ਬਾਹਰੀ ਸੁਰਮੇ ਵਰਗੀ, ਜਿਸ ਤਰ੍ਹਾਂ ਸਾਡੀ ਅੱਖ ਵਿੱਚ ਸੁਰਮਾ ਪਾਇਆ ਜਾਂਦਾ ਹੈ। ਕੋਈ ਐਸਾ ਸੁਰਮਾ ਦੁਨੀਆ ਵਿੱਚ ਨਹੀਂ ਬਣਿਆ ਜਿਹੜਾ ਇਸ ਅੱਖ ਵਿੱਚ ਪਾਇਆ ਜਾਏ ਅਤੇ ਬੰਦੇ ਦਾ ਦ੍ਰਿਸ਼ਟੀਕੋਣ ਬਦਲ ਜਾਏ। ਜਿਸ ਤਰ੍ਹਾਂ ਹੁੰਦਾ ਤਾਂ ਦੁਨੀਆ ਵਿੱਚ ਕੋਈ ਵੀ ਮਾੜਾ ਵੇਖਣ ਵਾਲਾ ਇਨਸਾਨ ਹੀ ਨਾ ਹੁੰਦਾ, ਭਾਵੇਂ ਧੱਕੇ ਨਾਲ ਹੀ ਨਾ ਪਾਉਣਾ ਪੈਂਦਾ, ਹਰ ਇੱਕ ਨੂੰ ਉਹ ਟੌਨਿਕ, ਉਹ ਸੁਰਮਾ ਪਾ ਦਿੱਤਾ ਜਾਂਦਾ, ਇਹ ਸੰਸਾਰ ਦੀਆਂ ਸਮੱਸਿਆਵਾਂ ਹੀ ਖਤਮ ਹੋ ਜਾਂਦੀਆਂ। ਕਿਸੇ ਨੂੰ ਕੋਈ ਵੈਰੀ ਨਜ਼ਰ ਹੀ ਨਾ ਆਉਂਦਾ, ਕਿਸੇ ਨੂੰ ਕੋਈ ਮਾੜਾ ਨਜ਼ਰ ਨਾ ਆਉਂਦਾ, ਕੋਈ ਮੈੜੀ ਦ੍ਰਿਸ਼ਟੀ ਨਾਲ ਨਾ ਵੇਖਦਾ, ਕੋਈ ਭੇਦ ਭਾਵ ਨਾਲ ਨਾ ਤੱਕਦਾ, ਅਤੇ ਆਪੇ ਹੀ ਸਮੱਸਿਆ ਹੱਲ ਹੋ ਜਾਂਦੀ। ਇੱਕ ਤਾਂ ਹੁੰਦੀ, ਫਿਰ ਇਸ ਤਰ੍ਹਾਂ ਕੋਈ ਦਵਾਈ ਕੰਨਾਂ 'ਚ ਪਾਉਣ ਵਾਲੀ ਬਣ ਜਾਂਦੀ, ਇਸ ਤਰ੍ਹਾਂ ਕੁਝ ਖਾ ਕੇ ਜ਼ਬਾਨ ਦੀ ਤਸੀਰ ਬਦਲਣ ਵਾਲੀ ਬਣ ਜਾਂਦੀ, ਪਰ ਐਸਾ ਸੰਭਵ ਨਹੀਂ ਹੈ, ਕਿਉਂਕਿ ਸਰੀਰ ਦੇ ਉਵੇਂ ਦੀ ਟੂਲ ਨੇ ਜਿਵੇਂ ਤੁਹਾਡੇ ਪੈਰ ਨੇ, ਜਿਵੇਂ ਤੁਹਾਡੇ ਹੱਥ ਨੇ, ਜਿਵੇਂ ਸਾਡਾ ਸਰੀਰ ਦੇ ਬਾਕੀ ਅੰਦਰੂਨੀ ਬਹਿਰੂਨੀ ਅੰਗ ਕੰਮ ਕਰਦੇ ਨੇ, ਇਹ ਵੀ ਆਪਣਾ ਕੰਮ ਕਰਦਾ। ਪਰ ਹਜ਼ੂਰ ਮਹਾਰਾਜ ਜਿਸ ਵੇਲੇ ਅੰਜਨ ਤੋਂ ਭਾਵ ਹੈ ਸੁਰਮਾ, ਸੁਰਮੇ ਦੀ ਗੱਲ ਕਰਦੇ ਹਨ ਤੇ ਉੱਥੇ ਸੁਰਮੇ ਤੋਂ ਭਾਵ ਹੈ ਗਿਆਨ ਰੂਪ ਸੁਰਮਾ। ਜਿਵੇਂ ਉਦਾਹਰਣ ਹੈ, ਜਿਵੇਂ ਅੱਖ ਦੀ ਸੁਰੱਖਿਆ ਲਈ, ਅੱਖ ਨੂੰ ਤੰਦਰੁਸਤ ਰੱਖਣ ਵਾਸਤੇ ਅਸੀਂ ਬਾਹਰੀ ਤੌਰ 'ਤੇ ਸੁਰਮੇ ਦਾ ਪ੍ਰਯੋਗ ਅੱਖ ਵਿੱਚ ਕਰਦੇ ਹਾਂ, ਇਸੇ ਤਰ੍ਹਾਂ ਸੁਰਤ ਨੂੰ ਵਿਸ਼ਿਆਂ ਅਤੇ ਵਿਕਾਰਾਂ ਦੀ ਬਿਮਾਰੀ ਤੋਂ ਬਚਾਉਣ ਵਾਸਤੇ, ਇਹਦੀ ਸੁਰੱਖਿਆ ਵਾਸਤੇ ਅਤੇ ਸੁਰਤ ਦੀ ਸੁੰਦਰਤਾ ਵਾਸਤੇ ਇੱਕੋ ਹੀ ਸੁਰਮਾ ਹੈ, ਉਹ ਹੈ ਗਿਆਨ। ਪਰ ਉਹ ਕਿਹੜਾ ਗਿਆਨ ਹੈ? ਉਹ ਗਿਆਨ ਜਿਸ ਦੀ ਦਾਤ ਸਾਨੂੰ ਗੁਰੂ ਰਾਹੀਂ ਪ੍ਰਾਪਤ ਹੁੰਦੀ ਹੈ। ਹੁਣ ਵੇਖੋ, ਇੱਥੇ ਦੋ ਚੀਜ਼ਾਂ ਨੂੰ ਡਿਫਾਈਨ ਕੀਤਾ, ਗਿਆਨ ਅੰਜਨ ਮੋਕੋ ਗੁਰ ਦੀਨ ਮੋਕੋ। ਹੁਣ ਇੱਕ ਪਾਸੇ ਗਿਆਨ ਨੂੰ ਗੁਰੂ ਵੀ ਕਿਹਾ ਬਾਣੀ 'ਚ, ਗਿਆਨ ਨੂੰ ਵੀ ਗੁਰੂ ਕਿਹਾ ਹੈ, ਪਰ ਇੱਥੇ ਕਿਹਾ ਹੈ ਗਿਆਨ ਅੰਜਨ ਮੋਕੋ ਗੁਰ ਦੀਨਾ, ਗੁਰੂ ਨੇ ਮੈਨੂੰ ਗਿਆਨ ਦਾ ਸੁਰਮਾ ਬਖਸ਼ਿਆ ਹੈ। ਉਹ ਸੁਰਮਾ ਕਿੱਥੇ ਪੈਂਦਾ ਹੈ? ਅੱਖ ਵਿੱਚ।
ਕਿਹੜੀ ਅੱਖ ਵਿੱਚ? ਸੁਰਤ ਦੀ ਅੱਖ ਵਿੱਚ, ਜਿਸ ਨੂੰ ਪੰਚਮ ਪਾਤਸ਼ਾਹ ਜ਼ੂਰ ਫਰਮਾਉਂਦੇ ਨੇ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਅਗਿਆਨਤਾ ਦਾ ਹਨੇਰਾ ਵਿਨਸ ਗਿਆ, ਖਤਮ ਹੋ ਗਿਆ, ਕਿਉਂਕਿ ਬਾਣੀ ਵਿੱਚ ਸੁਰਤ ਨੂੰ ਵੀ ਨੇਤਰ ਮੰਨਿਆ ਗਿਆ। ਲੋਇਣ ਸੁਰਤ ਕਰੇ, ਸੁਰਤੀ ਦੀਆਂ ਅੱਖਾਂ ਖੋਲ੍ਹ ਕੇ ਚੱਲ, ਯਾਨੀ ਕਿ ਅੰਦਰੂਨੀ ਤੌਰ ਉੱਤੇ ਸੁਚੇਤ ਹੋ, ਜਾਗਰਤ ਹੋ। ਜਾਗਣ ਨੂੰ ਵੀ ਆਪਾਂ, ਤੁਸੀਂ ਕਈ ਵਾਰ ਆਪਾਂ ਆਪਣੀ ਬੋਲਚਾਲ ਵਿੱਚ ਗੱਲ ਬੜੀ ਸੌਖੀ ਸਮਝ ਆਉਂਦੀ ਹੈ, ਬੰਦੇ ਦੀਆਂ ਅੱਖਾਂ ਖੁੱਲੀਆਂ ਹਨ, ਪਰ ਸੁਰਤ ਕਿਤੇ ਹੋਰ, ਧਿਆਨ ਕਿਤੇ ਹੋਰ ਹੈ। ਅਚਾਨਕ ਅਸੀਂ ਘਰ ਦੇ ਵਿੱਚ ਹੀ ਤੁਰੇ ਫਿਰਦੇ ਹਾਂ ਨਾ, ਕਿਸੇ ਨਾਲ ਟਕਰਾ ਜਾਂਦੇ ਆਪਣੇ ਪਰਿਵਾਰ ਦੇ ਜੀ ਨਾਲ, ਅਤੇ ਉਹ ਕਈ ਵਾਰ ਇਹ ਕਹਿ ਦਿੰਦਾ ਜੇ ਉਹਨੂੰ ਗੁੱਸਾ ਘੱਟ ਹੋਵੇ ਤਾਂ, ਨਹੀਂ ਤਾਂ ਬਹੁਤੇ ਤਾਂ ਇਹ ਕਹਿੰਦੇ ਅੰਨਾ ਹੋਇਆ, ਦੀਦਾ ਨਹੀਂ, ਜਾਂ ਕਈ ਕਹਿਣਗੇ ਸੁੱਤਾ ਹੈ, ਸੁੱਤਾ ਹੀ ਤੁਰਿਆ ਫਿਰਦਾ। ਅਤੇ ਜਾਂ ਫਿਰ ਨਾਰਮਲੀ ਜਿਹੜੀ ਗੱਲ ਕੋਈ ਕਹੇਗਾ, ਉਹ ਕਹੇਗਾ ਅੱਖਾਂ ਖੋਲ੍ਹ ਕੇ ਤੁਰ, ਅਤੇ ਵਿੱਚ ਵੱਜਣ ਵਾਲਾ ਆਖੇ ਮੇਰੀਆਂ ਤਾਂ ਅੱਖਾਂ ਖੁੱਲੀਆਂ ਨੇ। ਹੁਣ ਉਹ ਜਦੋਂ ਕਹਿੰਦੇ ਨੇ ਅੱਖਾਂ ਖੋਲ੍ਹ ਕੇ, ਉਹਦਾ ਮਤਲਬ ਹੁੰਦਾ ਹੈ ਵੀ ਸੁਚੇਤ ਹੋ ਕੇ ਵੇਖ ਕੇ ਚੱਲ ਵੀ ਤੂੰ ਕਿਸ ਪਾਸੇ ਤੁਰ ਰਿਹਾ, ਤੈਨੂੰ ਦਿਸ ਕੀ ਰਿਹਾ। ਉੱਥੇ ਅੱਖਾਂ ਖੋਲ੍ਹਣ ਤੋਂ ਸੁਚੇਤ ਹੋਣਾ ਹੈ, ਅਤੇ ਸੁਰਤੀ ਦੀਆਂ ਅੱਖਾਂ ਤੋਂ ਭਾਵ ਹੈ ਸੁਰਤ ਦਾ ਜਾਗਰਤ ਹੋਣਾ, ਸੁਰਤ ਦਾ ਸੁਚੇਤ ਹੋਣਾ, ਅੰਦਰੋਂ ਜਾਗ ਜਾਣਾ ਮਨੁੱਖ ਦਾ, ਅਵੇਅਰ ਹੋ ਜਾਣਾ। ਤੋ ਉਹ ਜਿਹੜੀ ਗਫਲਤ ਦੀ ਨੀਂਦ ਹੈ ਅੰਦਰ, ਅਗਿਆਨਤਾ ਦੀ ਨੀਂਦ, ਉਹ ਟੁੱਟ ਜਾਣੀ, ਵਿਚਾਰ ਸੱਤਾ ਪੈਦਾ ਹੋ ਜਾਣੀ। ਉਸ ਨੂੰ ਮਹਾਰਾਜ ਬਾਣੀ ਵਿੱਚ ਆਖਦੇ ਨੇ ਵੀ ਜਦੋਂ ਸਤਿਗੁਰੂ ਗਿਆਨ ਦਾ ਸੁਰਮਾ ਸੁਰਤ ਦੀਆਂ ਅੱਖਾਂ ਵਿੱਚ ਪਾਉਂਦੇ ਹਨ ਤੇ ਅਗਿਆਨਤਾ ਦਾ ਹਨੇਰਾ ਬਿਨਸ ਜਾਂਦਾ ਹੈ। ਬੜੀ ਸਵਾਦਲੀ ਬਾਤ ਹੈ, ਆਪਣੀ ਅਗਿਆਨਤਾ ਦਾ ਪਤਾ ਲੱਗ ਜਾਣਾ ਵੀ ਇੱਕ ਕਿਸਮ ਦਾ ਗਿਆਨ ਹੈ। ਆਪਣੀ ਅਗਿਆਨਤਾ ਦਾ ਪਤਾ ਲੱਗਣਾ ਇਹ ਗਿਆਨ ਦੀ ਪਹਿਲੀ ਪੌੜੀ ਹੈ, ਜਿਹੜਾ ਇਹ ਨਹੀਂ ਚੜ੍ਹਦਾ ਉਹਨੂੰ ਅਗਲੀ ਪੌੜੀ ਨਹੀਂ ਲੱਭਦੀ। ਆਪਣੀ ਅਗਿਆਨਤਾ ਪ੍ਰਤੀ ਹੀ ਗਿਆਨ ਹੋ ਜਾਣਾ, ਸਮਝ ਪੈ ਜਾਣੀ, ਉਵੇਂ ਕਿਵੇਂ ਬੰਦਾ ਬਿਮਾਰ ਹੈ, ਡਾਕਟਰ ਕੋਲ ਪਹਿਲਾਂ ਤਾਂ ਉਹਨੂੰ ਫੀਲ ਹੁੰਦਾ, ਜਦੋਂ ਉਹਨੂੰ ਪਤਾ ਲੱਗਣ ਲੱਗਦਾ ਨਾ ਵੀ ਕੋਈ ਪ੍ਰੋਬਲਮ ਹੈ, ਉਹਨੇ ਪਹਿਲਾ ਕਦਮ ਪੁੱਟਿਆ। ਉਹਨੂੰ ਪਤਾ ਹੀ ਨਾ ਲੱਗਦਾ, ਨਾ ਉਹਨੇ ਡਾਕਟਰ ਕੋਲ ਜਾਣਾ ਸੀ, ਨਾ ਡਾਕਟਰ ਨੇ ਚੈੱਕ ਕਰਨਾ ਸੀ, ਨਾ ਬਿਮਾਰੀ ਦਾ ਪਤਾ ਲੱਗਣਾ ਸੀ, ਅਤੇ ਨਾ ਇਲਾਜ ਸ਼ੁਰੂ ਹੋਣਾ ਸੀ। ਪਹਿਲਾ ਸਟੈਪ ਕੀ ਹੋਇਆ ਵੀ ਬੰਦੇ ਨੂੰ ਖੁਦ ਨੂੰ ਫੀਲ ਹੋਇਆ ਵੀ ਮੈਨੂੰ ਕੋਈ ਪ੍ਰੋਬਲਮ, ਸਰੀਰ ਦੇ ਵਿੱਚ ਉਹਨੂੰ ਆਪਣੇ ਆਪ ਕੁਝ ਸਮਝ ਪਈ। ਕਈ ਵਾਰ ਐਸਾ ਵੀ ਹੁੰਦਾ ਸਾਨੂੰ ਨਹੀਂ ਪਤਾ ਲੱਗਦਾ ਅਤੇ ਗੱਲ ਬਹੁਤ ਅੱਗੇ ਚਲੀ ਜਾਂਦੀ ਹੈ। ਜਦੋਂ ਪਹਿਲਾਂ ਸਾਨੂੰ ਪਤਾ ਲੱਗਾ, ਫੀਲ ਹੋ ਗਿਆ, ਮਹਿਸੂਸ ਹੋ ਗਿਆ, ਤਾਂ ਉੱਥੋਂ ਸਫ਼ਰ ਸ਼ੁਰੂ ਹੋ ਗਿਆ। ਦੂਜਾ ਕੰਮ ਸੀ, ਡਾਕਟਰ ਕੋਲ ਗਿਆ, ਉਹਨੇ ਚੈੱਕ ਕੀਤਾ, ਉਹਨੇ ਪਛਾਣ ਕੀਤੀ ਵੀ ਪ੍ਰੋਬਲਮ ਕੀ ਹੈ, ਰੋਗ ਕੀ ਹੈ, ਬਿਮਾਰੀ ਕੀ ਹੈ। ਜਦੋਂ ਉਹਨੇ ਪਛਾਣ ਕਰ ਲਈ ਵੀ ਆਹ ਚੀਜ਼ ਹੈ, ਫਿਰ ਪ੍ਰੋਪਰ ਉਸ ਬਿਮਾਰੀ ਦਾ ਉਹਨੂੰ ਆਇਡੈਂਟੀਫਾਈ ਕਰਕੇ ਪਛਾਣ ਕੇ ਉਹਦਾ ਇਲਾਜ ਸ਼ੁਰੂ ਹੋ, ਫਿਰ ਇਲਾਜ ਦਾ ਵੀ ਅੱਗੇ ਪ੍ਰੋਸੈਸ ਸ਼ੁਰੂ ਹੋਇਆ। ਉਹਦੇ ਵਿੱਚ ਉਹਨੇ ਕੁਝ ਪਰਹੇਜ਼ ਦੱਸਿਆ ਅਤੇ ਕੁਝ ਉਹਨੇ ਖਾਣ ਨੂੰ ਕਿਹਾ ਅਤੇ ਕੁਝ ਨਾ ਖਾਣ ਨੂੰ ਕਿਹਾ। ਉਹ ਸਾਰਾ ਕੁਝ ਪਾਰਟ ਆਫ ਉਹ ਚੀਜ਼ ਦਾ ਜਿਹੜਾ ਸੀ ਇਲਾਜ ਦਾ ਹਿੱਸਾ, ਟ੍ਰੀਟਮੈਂਟ ਦਾ ਪਾਰਟ। ਹੁਣ ਆਪਾਂ ਕਈ ਵਾਰ ਸਮਝ ਲੈਂਦੇ ਵੀ ਦਵਾਈ ਹੀ ਟ੍ਰੀਟਮੈਂਟ ਹੈ, ਨਹੀਂ, ਜੋ ਖਾਣ ਤੋਂ ਮਨ੍ਹਾ ਕੀਤਾ ਨਾ ਉਹ ਵੀ ਟ੍ਰੀਟਮੈਂਟ ਦਾ ਹਿੱਸਾ ਹੈ। ਪਰ ਆਪਾਂ ਬਹੁਤੇ ਕਹਿੰਦੇ ਲੈ ਕੋਈ ਨਹੀਂ ਦਵਾਈ ਨਾਲ ਠੀਕ ਹੋ ਜਾਣਾ, ਛੱਡਣ ਦੀ ਕੀ ਲੋੜ ਹੈ ਕੁਝ ਜਦੋਂ ਦਵਾਈ ਖਾ ਰਹੇ ਹਾਂ। ਤਾਂ ਅਸੀਂ ਕਈ ਵਾਰ ਪਰਹੇਜ਼ ਨੂੰ ਇਲਾਜ ਦਾ ਹਿੱਸਾ ਨਹੀਂ ਮੰਨਦੇ, ਉੱਥੇ ਜਾ ਕੇ ਬੜੀ ਵੱਡੀ ਖਤਾ ਹੋ ਜਾਂਦੀ। ਹੁਣ ਡਾਇਬਟੀਜ਼ ਦੀ, ਸ਼ੂਗਰ ਦੀ, ਬੰਦਾ ਦਵਾਈ ਖਾ ਰਿਹਾ ਹੋਵੇ ਅਤੇ ਉਹ ਤਾਂ ਹੈ ਕੰਟਰੋਲ ਕਰਨੇ, ਬਿਮਾਰੀ ਜਦੋਂ ਲੈਵਲ ਤੋਂ ਉੱਤੇ ਹੈ ਵੀ ਉਹਨੂੰ ਕੰਟਰੋਲ ਕਰੇ। ਅਤੇ ਜੇ ਉਹ ਇਹ ਸੋਚਣ ਲੱਗ ਪਏ ਜਦੋਂ ਮੈਂ ਦਵਾਈ ਖਾ ਹੀ ਰਿਹਾ ਅਤੇ ਫਿਰ ਮੈਨੂੰ ਖੰਡ ਛੱਡਣ 'ਚ, ਮਿੱਠੀ ਚੀਜ਼ ਛੱਡਣ 'ਚ ਕੀ ਹਰਜ਼, ਮਤਲਬ ਕੀ ਨੁਕਸਾਨ ਹੈ, ਮੈਨੂੰ ਖਾ ਸਕਦਾ, ਫਿਰ ਮੈਂ ਦਵਾਈ ਕਿਉਂ ਖਾਂਦਾ ਜੇ ਮੈਂ ਮਿੱਠਾ ਨਹੀਂ ਖਾ ਸਕਦਾ। ਜੋ ਇਸ ਦਲੀਲਬਾਜ਼ੀ ਵਿੱਚ ਪਏਗਾ ਤਾਂ ਕੋਈ ਲਾਭ ਨਹੀਂ, ਦਵਾਈ ਵੀ ਕੰਟਰੋਲ ਨਹੀਂ ਕਰ ਸਕੇ, ਉਹਦੇ ਵੱਸ ਤੋਂ ਬਾਹਰ ਹੋ ਜਾਏਗੀ ਚੀਜ਼। ਤੋ ਇਸ ਵਾਸਤੇ ਉਹਨੂੰ ਦੋਵੇਂ ਪਾਸੇ ਹੀ ਵਰਕ ਕਰਨਾ ਪੈਂਦਾ, ਮੂੰਹ ਵੀ ਬੰਨ੍ਹ ਕੇ ਰੱਖਣਾ ਪੈਂਦਾ ਵੀ ਨਹੀਂ ਖਾਣਾ,
ਤੇ ਜਿਹੜੀ ਪ੍ਰੋਬਲਮ ਅੰਦਰ ਹੈ ਉਹਨੂੰ ਕੰਟਰੋਲ ਕਰਨ ਵਾਸਤੇ ਵੀ ਬਾਹਰੋਂ ਮੈਡੀਸਿਨ ਲੈਣੀ ਪਈ ਤਾਂ ਕਿ ਉਹ ਬਿਮਾਰੀ ਹੋਰ ਨਾ ਵੱਧ ਜਾਏ। ਤਾਂ ਪਰਹੇਜ਼ ਜਿਹੜਾ ਹੈ ਉਹ ਵੀ ਇਲਾਜ ਦਾ ਹਿੱਸਾ ਹੁੰਦਾ, ਇਲਾਜ ਦਾ ਪਹਿਲੂ ਹੁੰਦਾ, ਇੱਕ ਤਰ੍ਹਾਂ ਦਾ ਇਲਾਜ ਹੀ ਹੁੰਦਾ ਕਹਿ ਲਓ। ਇਸ ਲਈ ਜਦੋਂ ਗੁਰਬਾਣੀ ਆਪਾਂ ਪੜ੍ਹਦੇ ਹਾਂ ਸਾਨੂੰ ਗੁਰੂ ਸਾਹਿਬ ਕਿਤੇ ਕਹਿਣਗੇ ਇਸ ਕੰਮ ਦੀ ਲੋੜ ਨਹੀਂ, ਇਹਨੂੰ ਛੱਡ ਦਿਓ। ਤਾਂ ਪਰਹੇਜ਼ ਦੱਸਦੇ ਨੇ ਕਿ ਕਿਤੇ ਕਹਿਣਗੇ ਆਹ ਕੰਮ ਕਰੋ, ਇਸ ਤਰ੍ਹਾਂ ਕਰੋ। ਉਹ ਹੁੰਦਾ ਹੈ ਵੀ ਇੱਕ ਤਾਂ ਤੁਸੀਂ ਮੰਦੇ ਅਮਲ ਤੋਂ ਪਰਹੇਜ਼ ਕਰ ਲਓ, ਸੰਜਮ ਉਹਨੂੰ ਕਿਹਾ ਬਾਣੀ 'ਚ, ਸੰਜਮ। ਸੰਜਮ ਦਾ ਮਤਲਬ ਪਰਹੇਜ਼, ਆਪਣੇ ਆਪ ਨੂੰ ਰੋਕਣਾ ਗਲਤ ਪਾਸੇ ਤੁਰਨ ਤੋਂ। ਅਤੇ ਦੂਜਾ ਹੈ ਕੁਝ ਗ੍ਰਹਿਣ ਕਰਨਾ, ਸਾਡੇ ਅੰਦਰ ਜਿਹੜੀ ਸਾਡੀ ਸੁਰਤ ਜਿਹੜੀ ਕਮਜ਼ੋਰ ਹੈ ਉਸ ਨੂੰ, ਜਿਹੜੀਆਂ ਚੀਜ਼ਾਂ ਕਮਜ਼ੋਰ ਕਰਨ ਵਾਲੀਆਂ ਤਾਂ ਉਹ ਤੋਂ ਪਰਹੇਜ਼ ਕਰੋ, ਅਤੇ ਦੂਜਾ ਜਿਹੜੀਆਂ ਉਹਨੂੰ ਸਟਰੋਂਗ ਕਰਨ ਵਾਲੀਆਂ ਨੇ, ਅੰਦਰ ਦੀ ਬਿਮਾਰੀ ਨੂੰ ਬਾਹਰ ਕੱਢਣ ਵਾਲੀਆਂ, ਉਹਨਾਂ ਦਾ ਅਭਿਆਸ ਕਰੋ। ਹਰ ਪਾਸੇ ਐਵੇਂ ਹੀ ਚੱਲਦਾ। ਤਾਂ ਗੁਰੂ ਮਹਾਰਾਜ ਜਦੋਂ ਬਾਣੀ ਦੇ ਵਿੱਚ ਇਹ ਵਾਕ ਆਖਦੇ ਹਨ ਕਿ ਗਿਆਨ ਹੋ ਗਿਆ, ਤਾਂ ਗਿਆਨ ਦਾ ਪਹਿਲਾ ਸਟੈਪ ਹੁੰਦਾ ਹੈ ਆਪਣੀ ਅਗਿਆਨਤਾ ਪ੍ਰਤੀ ਅਵੇਅਰ। ਮੇਰੇ ਅੰਦਰ ਇੱਕ ਅਗਿਆਨ ਹੈ ਇਸ ਗੱਲ ਦਾ, ਇਸ ਗੱਲ ਨੂੰ ਮਹਿਸੂਸ ਕਰ ਲਿਆ ਜਿਸ ਵੇਲੇ, ਫਿਰ ਪਹਿਲਾ ਸਟੈਪ ਪੁੱਟ ਲਿਆ, ਪਹਿਲਾ ਕਦਮ ਪੁੱਟ ਲਿਆ, ਫਿਰ ਤੁਸੀਂ ਤੁਰੋਗੋ ਵੀ ਇਸ ਅਗਿਆਨਤਾ ਦਾ ਹੱਲ ਕੀ ਹੈ, ਇਹ ਅਗਿਆਨ ਦੂਰ ਕਿਵੇਂ ਹੋਏ, ਇਹ ਬੇਸਮਝੀ ਖਤਮ ਕਿਵੇਂ ਹੋਏਗੀ। ਫਿਰ ਅਸੀਂ ਅਗਲਾ ਪੈਂਡਾ ਤੈਅ ਕਰਾਂਗੇ ਉਸ ਚੀਜ਼ ਨੂੰ ਗ੍ਰਹਿਣ ਕਰਨ ਵਾਸਤੇ ਜੋ ਸਾਡੀ ਅਗਿਆਨਤਾ ਨੂੰ ਖਤਮ ਕਰ। ਤਾਂ ਦੁਨੀਆਂ ਵਿੱਚ ਜਿਸਨੇ ਵੀ ਗਿਆਨ ਦੀ ਸਿਖਰ ਪਾਈ ਜਾਂ ਗਿਆਨ ਦੇ ਕਿਸੇ ਮੁਕਾਮ 'ਤੇ ਪਹੁੰਚਿਆ ਉਹਨੇ ਆਪਣਾ ਸਫ਼ਰ ਅਗਿਆਨਤਾ ਨੂੰ ਸਮਝ ਕੇ। ਤਾਂ ਗਰੀਬ ਨਵਾਜ ਇੱਥੇ ਬਖਸ਼ਿਸ਼ ਕਰਦੇ ਹਨ, ਜਦੋਂ ਗੁਰੂ ਨੇ ਗਿਆਨ ਦਾ ਸੁਰਮਾ ਮੇਰੇ ਸੁਰਤ ਰੂਪੀ ਨੇਤਰਾਂ ਵਿੱਚ ਬਖਸ਼ ਦਿੱਤਾ ਹੈ, ਫਿਰ ਕੀ ਹੋਇਆ, ਮੈਨੂੰ ਸਮਝ ਪੈ ਗਈ ਰਾਮ ਨਾਮ ਬਿਨ ਜੀਵਨ ਮਨਹੀਨਾ। ਸਰਵ ਵਿਆਪਕ ਪਰਮੇਸ਼ਰ ਦੀ ਹੋਂਦ ਦੇ ਅਹਿਸਾਸ ਤੋਂ ਬਿਨਾਂ ਆਪਣੇ ਆਪ ਨੂੰ ਉਹਦਾ ਹਿੱਸਾ ਮੰਨ ਕੇ ਅਤੇ ਇੱਕ ਵੱਡੇ ਦਾਇਰੇ ਵਿੱਚ ਜੀਵਨ ਜੀਣ ਤੋਂ ਬਿਨਾਂ ਮੇਰਾ ਜੀਵਨ, ਮੇਰੀ ਮਾਨਸਿਕ ਦਸ਼ਾ, ਹੀਨਾਂ ਦਾ ਮਤਲਬ ਹੁੰਦਾ ਹੈ ਹੀਣੀ, ਹੀਨਤਾ ਦੀ ਸ਼ਿਕਾਰ। ਹੀਣਾ ਆਪਾਂ ਕਮਜ਼ੋਰ ਨੂੰ ਵੀ ਕਹਿੰਦੇ ਹਾਂ, ਨਕਾਰਾ ਨੂੰ ਵੀ ਕਹਿੰਦੇ ਹਾਂ, ਵਿਅਰਥ ਨੂੰ ਵੀ ਕਹਿੰਦੇ ਹਾਂ ਹੀਣਾ। ਹੀਣਾ ਦਾ ਮਤਲਬ ਹੈ ਨਕਾਰਾ ਹੋਇਆ, ਵਿਅਰਥ, ਅਕਾਰਥਾ, ਜਿਸ ਦਾ ਕੋਈ ਲਾਭ ਨਹੀਂ ਹੈ, ਜਿਸ ਵਿੱਚੋਂ ਕੋਈ ਸਹੀ ਚੀਜ਼ ਦੀ ਪ੍ਰੋਡਕਸ਼ਨ ਨਹੀਂ ਹੋ ਰਹੀ, ਨਕਾਰਾ ਹੋਈ ਹੋਈ ਚੀਜ਼। ਮੈਨੂੰ ਸਮਝ ਪੈ ਗਈ ਕਿ ਇਹ ਜੀਵਨ, ਇਹ ਮਾਨਸਿਕ ਬਣਤਰ ਜਿਹੜੀ ਹੈ ਸਾਰੀ ਦੀ ਸਾਰੀ ਨਕਾਰਾ ਹੈ, ਜੇ ਉਸ ਸਰਵ ਵਿਆਪੀ ਪਰਮੇਸ਼ਰ ਵਾਹਿਗੁਰੂ ਦਾ ਅਹਿਸਾਸ, ਉਹਦੀ ਯਾਦ ਆਪਣੀ ਸੁਰਤ ਵਿੱਚ ਨਾ ਵਸੇ। ਫਿਰ ਆਰੰਭ ਦੇ ਵਾਕ ਵਿੱਚ ਕਹਿੰਦੇ ਸਫਲ ਜਨਮ ਮੌਕਾ ਉਗਰ ਕੀਨਾ, ਗੁਰੂ ਨੇ ਮੇਰਾ ਜਨਮ ਸਫਲਾ ਕਰ ਦਿੱਤਾ ਹੈ, ਗੁਰੂ ਨੇ ਮੇਰੇ ਜੀਵਨ ਨੂੰ ਸਫਲ, ਸਫਲ, ਸਫਲ ਦਾ ਮਤਲਬ ਹੁੰਦਾ ਹੈ ਫਲ ਸਹਿਤ, ਇੱਕ ਆਪਾਂ ਸ਼ਬਦ ਵਰਤਦੇ ਇਹਦਾ ਆਪੋਜਿਟ ਸ਼ਬਦ ਹੈ, ਵਿਰੋਧੀ ਸ਼ਬਦ ਅਫਲ। ਅਫਲ ਦਾ ਮਤਲਬ ਹੁੰਦਾ ਹੈ ਜਿਸ ਨੂੰ ਫਲ ਨਹੀਂ ਲੱਗਦਾ, ਅਤੇ ਸਫਲ ਦਾ ਮਤਲਬ ਹੁੰਦਾ ਹੈ ਫਲ ਸਹਿਤ। ਅਤੇ ਹੁਣ ਜਿਸ ਬੂਟੇ ਨੂੰ ਆਪਾਂ ਲਾਇਆ ਹੀ ਫਲ ਲੈਣ ਵਾਸਤੇ, ਫੁੱਲ ਲੈਣ ਵਾਸਤੇ, ਮੰਨ ਲਓ ਕੋਈ ਫੁੱਲਦਾਰ ਬੂਟਾ ਤੁਸੀਂ ਲਾਉਂਦੇ ਹੋ ਬੜੇ ਚਾਅ ਨਾਲ, ਜੇ ਉਹਨੂੰ ਫੁੱਲ ਨਹੀਂ ਲੱਗਦੇ ਤਾਂ ਤੁਸੀਂ ਸਮਝੋਗੇ ਵੀ ਸਾਡਾ ਮਕਸਦ ਪੂਰਾ ਨਹੀਂ ਹੋਇਆ। ਫਲਦਾਰ ਬੂਟਾ ਲਾਇਆ ਉਹਨੂੰ ਫਲ ਨਹੀਂ ਪਿਆ, ਤੁਹਾਨੂੰ ਲੱਗੇਗਾ ਇਹ ਵਾਧੂ ਹੈ, ਇਹਦੀ ਕੋਈ ਕੀਮਤ ਨਹੀਂ ਰਹਿ ਗਈ, ਅਤੇ ਜਦੋਂ ਉਹਦੀ ਕੀਮਤ ਨਹੀਂ ਪਈ ਉਹਦੀ ਕਦਰ ਵੀ ਨਹੀਂ ਹੋਣੀ, ਫਿਰ ਤੁਸੀਂ ਉਹਨੂੰ ਉਵੇਂ ਥੋੜ੍ਹਾ ਪਾਲੋਂਗੇ। ਤਾਂ ਉਸ ਨੂੰ ਫਲ ਲੱਗਣਾ ਹੀ ਉਸਦੀ ਕਦਰੋ ਕੀਮਤ ਪਵਾਉਣ ਵਾਸਤੇ ਜ਼ਰੂਰੀ ਹੈ। ਤਾਂ ਸਫਲ ਦਾ ਮਤਲਬ ਹੈ ਫਲ ਸਹਿਤ, ਜਿਹੜੇ ਜੀਵਨ ਵਿੱਚੋਂ ਮਨੁੱਖ ਹੋਣ ਦੇ ਨਾਤੇ ਮਨੁੱਖੀ ਗੁਣਾਂ ਦੀ ਪ੍ਰੋਡਕਸ਼ਨ ਹੋਵੇ, ਮਨੁੱਖੀ ਗੁਣਾਂ ਦਾ ਵਰਤਾਰਾ ਪ੍ਰਗਟ ਹੋਵੇ, ਉਹ ਸਮਝੋ ਸਫਲ ਹੈ, ਉਹ ਆਪਣੇ ਮੁਕਾਮ ਤੱਕ ਪਹੁੰਚਿਆ ਹੋਇਆ ਜੀਵਨ ਹੈ। ਫਿਰ ਅੱਗੇ ਆਖਦੇ ਹਨ ਦੁੱਖ ਵਿਸਾਰ ਸੁਖੇ ਅੰਤਰ ਲੀਨਾ, ਗੁਰੂ ਨੇ ਬਖਸ਼ਿਸ਼ ਕੀਤੀ, ਦੁੱਖ ਨੂੰ ਵਿਸਾਰ ਦਿੱਤਾ,
दुख भुल गए हां, दुखदाई अवस्था विचों मैं बाहर आ गया हां, सुख अंतर लीना ते सुख विच मैं लीन हो गया। जानी कि लीन होने का मतलब है भी सुख जेड़े ने वो हुण मेरे जीवन का हिस्सा बन गए ने ते दुख मेरे जीवन चो बाहर चले। अगे फरमाउंदे हन नाम दे सिमरन कर जाना, किवें जाणिया है भगत जी अखीरलियां पंक्तियां च कहिंदे नाम दे, किते किते नाम देव वरत्या है, किते किते नाम दे कला ही ना के ऊड़ा ना वावा। इस जगह दे उत्ते भी भगत जी दियां अखीरलियां पंक्तियां विच जो शब्द है ना उन्हां दा आया है नाम दे, ददे नूं लां ते ईड़ी नूं स्यारी। इस तरह कई रूपां विच भगत नामदेव साहब दा नाम गुरबाणी विच आउंदा है। नाम दे सिमरन कर जाना, सिमरन दा मतलब हुंदा है याद विच, स्मरण करना चिंतन करना, इहनूं आपां कहिंदे स्मरण करना चिंतन करना। नामदेव ने चिंतन करके स्मरण करके याद शक्ति विच उसनूं वसा के उसनूं जाण लिया, बुझ लिया। फिर आखदे ने जग जीवन स्यों जियो समाना, जग जीवन जगत नूं जीवन दान बख्शण वाला, जिसनूं हजूर कहिंदे ना सब मैं जोत, जोत है सोए। जिस दी जोत सभना विच है और जिस करके ही सारा संसार जिहड़ा उह टहक रिहा है, चल रहा है, जिस दी जीवन रौं सारिआं दे विच है, जिस वजह करके असीं सारे जीवत हाँ और एक सुचेतता दे विच जी रहे हाँ, वो कौन है जिहड़ा फुल नूं सुगंधी रूप रंग बख्शदा है? वो कौन है जो साडे अंदर बोल सुन समझ सोच रहा है? वो कौन है जिहड़ा इस संसार दे अंदर एक जीवन दी खेड चला रहा है, एक व्यापक जीवन जिहड़ा सारी कुदरत विच पसरिया होया? रब नूं किते भी मौत वर्गा नहीं किया गया, कमाल दी खेड है। हालांकि मिटना मरना ते खत्म होना इहनूं उहदा हुक्म मन्निया गया, प्रोसैस दा नैचुरल प्रोसैस दा हिस्सा मन्निया गया। पर सारे गुरु ग्रंथ साहिब च इह नहीं कहा हे रब्बा तूं मौत वर्गा है, नहीं आख्या तूं ते जीवन है, उस नूं जग जीवन ते कहा गया है। इसे करके कहा गया है भी वह एक व्यापक जीवन है, उहदी वजह करके ही सब कुछ जीवत है, खेड़े विच है, चल रहा है, विकास विच है। उस नूं प्राण आधार भी इसे करके कहा बाणी दे अंदर, तू जीवन तू प्राण आधारा, तू ही मेरा जीवन है, तू ही मेरे प्राणा दा आसरा है। तो इत्थे फरमाउंदे ने जग जीवन स्यों जियो समाना, जियो दा मतलब है जिंद, मेरा अपना वजूद, मेरा अपना आत्मा, मेरा अपना आपा जिहड़ा है उस जगत जीवन विच वलीन हो गया। यानी कि मैं हुण अपने आप नूं उस तों वक्खरा नहीं मानदा ते उस नूं किते वक्खरा नहीं मानदा, हुण मैं उस परमेश्वर वाहिगुरु दा अंग हिस्सा हाँ। इस अहसास विच हाँ तां असीं वैसे भी उहदा हिस्सा ही, पर असी एहसास तो खुंझे होने करके अपने आप नूं तो वक्खरा मन के चलते हैं। इस करके साडे अंदर हौमै ते विकारां दी गिलानी, विकारां दी जिहड़ी मैल है वह साडे जीवन नूं लग के असी होर अग्ञानता की खाई विच डिगदे जांदे, हनेरे खूह विच डिग जांदे। पर जिस वेले यह एहसास, ये पवित्र एहसास ने जिहड़े सानूं अग्ञानता की खड्ड चों कढ़दे हन ते सानू एक व्यापक जीवन धारा नाल सर्वव्यापी परमेश्वर दे नाल जोड़दे हन। हजूर बख्शिश करन, शब्द दा उपदेश भाव साढ़े सभना दे मन हिरदिया विच वसे, पातशाह होईयां पुल्लां चुकां दी खिमा बख्शण। आप सभना दा धन्नवाद, अदब सहित गुरु फतेह नाल सांझ बनाओ जी। वाहिगुरु जी का खालसा, वाहिगुरु जी की फतेह।